We will discuss about a letter to uncle for a birthday gift. ਅਸੀਂ ਲੈਟਰ ਬਾਰੇ ਡਿਸਕਸ ਕਰ ਰਹੇ ਹਾਂ ਸਾਡਾ ਟੌਪਿਕ ਇਹਦੇ ਵਿੱਚ ਟੂ ਅੰਕਲ ਫਾਰ ਆ ਬਰਥਡੇ ਗਿਫਟ ਅਸੀਂ ਇੱਕ ਲੈਟਰ ਲਿਖਣਾ ਹੈ ਆਪਣੇ ਅੰਕਲ ਨੂੰ ਬਰਥਡੇ ਗਿਫਟ ਲਈ ਤੁਹਾਡੇ ਕੋਲ ਹੈਡਿੰਗ ਦੇ ਵਿੱਚ ਇੱਥੇ ਦਿੱਤਾ ਹੋਇਆ ਤੁਹਾਨੂੰ ਕੁਐਸਚਨ ਦੇ ਵਿੱਚ ਦਿੱਤਾ ਹੋਇਆ ਸਪੋਜ਼ ਯੂ ਆਰ ਅਮਨ ਤੁਸੀਂ ਅਮਨ ਹੋ ਯੂ ਲਿਵ ਐਟ 232 ਫੇਜ 9 ਮੋਹਾਲੀ ਤੁਸੀਂ 232 ਫੇਜ 9 ਮੋਹਾਲੀ ਵਿੱਚ ਰਹਿੰਦੇ ਹੋ ਯੂਅਰ ਅੰਕਲ ਹੈਜ਼ ਸੈਂਟ ਯੂ ਆ ਰਿਸਟ ਵਾਚ ਔਨ ਯੂਅਰ ਬਰਥਡੇ ਤੁਹਾਡੇ ਅੰਕਲ ਨੇ ਤੁਹਾਡੇ ਲਈ ਤੁਹਾਡੇ ਬਰਥਡੇ ਉੱਤੇ ਰਿਸਟ ਵਾਚ ਭੇਜੀ ਹੈ ਰਾਈਟ ਅ ਲੈਟਰ ਆਫ ਥੈਂਕਸ ਟੂ ਯੂਅਰ ਅੰਕਲ ਤੁਸੀਂ ਆਪਣੇ ਅੰਕਲ ਨੂੰ ਥੈਂਕਸ ਲਈ ਧੰਨਵਾਦ ਲਈ ਇੱਕ ਲੈਟਰ ਲਿਖਣਾ ਹੈ ਤਾਂ ਪਿਆਰੇ ਵਿਦਿਆਰਥੀਓ ਮਾਈ ਡੀਅਰ ਸਟੂਡੈਂਟਸ ਤੁਸੀਂ ਇੱਥੇ ਲਿਖਣ ਵੇਲੇ ਧਿਆਨ ਦੇਣਾ ਕਿ ਜੋ ਤੁਹਾਨੂੰ ਹੈਡਿੰਗ ਦੇ ਵਿੱਚ ਕੁਐਸਚਨ ਦੇ ਵਿੱਚ ਐਡਰੈਸ ਦਿੱਤਾ ਹੋਇਆ ਨੇਮ ਦਿੱਤਾ ਹੋਇਆ ਉਹੀ ਤੁਸੀਂ ਲੈਟਰ ਦੇ ਵਿੱਚ ਪੁੱਟ ਕਰਨਾ ਕਿਉਂਕਿ ਸਪੋਜ਼ ਯੂ ਆਰ ਅਮਨ ਹੁਣ ਤੁਸੀਂ ਅਮਨ ਹੋ ਤੁਹਾਡਾ ਨਾਮ ਕੀ ਹੈ ਅਮਨ ਤੇ ਤੁਹਾਡਾ ਜੋ ਐਡਰੈਸ ਹੈ ਇਹ ਚੀਜ਼ਾਂ ਤੁਸੀਂ ਲੈਟਰ ਦੇ ਵਿੱਚ ਲਿਖਣੀ ਹੈ ਤਾਂ ਸਭ ਤੋਂ ਪਹਿਲਾਂ ਸਾਡਾ ਅਸੀਂ ਲੈਟਰ ਦੇ ਵਿੱਚ ਆਪਣਾ ਐਡਰੈਸ ਲਿਖਦੇ ਹਾਂ ਤੁਸੀਂ ਕਾਪੀ ਜੋ ਤੁਹਾਡੇ ਕੋਲ ਨੋਟਬੁੱਕ ਹੈ ਨੋਟਬੁੱਕ ਦੇ ਬਿਲਕੁਲ ਇਹ ਸਪੋਜ਼ ਦੈਟ ਵੀ ਇਹ ਲਾਈਨ ਹੈ ਨੋਟਬੁੱਕ ਦੀ ਇਸ ਤੋਂ ਸ਼ੁਰੂ ਕਰਕੇ ਲਿਖਣਾ ਇਸ ਨੂੰ ਤਾਂ ਕਿੱਥੋਂ ਲਿਖਣਾ ਸ਼ੁਰੂ ਕਰਾਂਗੇ ਯੂ ਲਿਵ ਐਟ ਤੁਸੀਂ ਕਿੱਥੇ ਰਹਿੰਦੇ ਹੋ ਐਟ ਐਟ ਤੋਂ ਅਗਲਾ ਐਡਰੈਸ ਹੈ ਜਿਹੜਾ ਸਾਡਾ ਐਡਰੈਸ ਹੈ 232 ਫੇਜ 9 ਮੋਹਾਲੀ 232 ਫੇਜ 9 ਮੋਹਾਲੀ ਤਾਂ 232 ਫੇਜ 9 ਸਾਡਾ ਸਿਟੀ ਹੈ ਮੋਹਾਲੀ ਔਰ ਇਸ ਐਡਰੈਸ ਤੋਂ ਬਾਅਦ ਅਸੀਂ ਲਿਖਦੇ ਹੁੰਦੇ ਹਾਂ ਡੇਟ ਡੇਟ ਲਿਖਣ ਦਾ ਆਈਡੀਆ ਜੂਨ 13, 2020 ਸਭ ਤੋਂ ਪਹਿਲਾਂ ਮੰਥ ਨੇਮ ਡੇ ਔਰ ਈਅਰ ਇਸ ਤੋਂ ਬਾਅਦ ਸਾਡੇ ਅਸੀਂ ਸਪੇਸ ਦੇਣਾ ਇੱਕ ਲਾਈਨ ਦਾ ਮਾਈ ਡੀਅਰ ਅੰਕਲ ਔਰ ਫਿਰ ਸਪੇਸ ਦੇਣਾ ਇੱਕ ਲਾਈਨ ਦਾ ਠੀਕ ਹੈ ਜੀ ਹੁਣ ਇਟ ਇਜ਼ ਵੈਰੀ ਕਾਈਂਡ ਆਫ ਯੂ ਟੂ ਰਿਮੈਂਬਰ ਮੀ ਔਨ ਮਾਈ ਬਰਥਡੇ ਇਟ ਇਜ਼ ਵੈਰੀ ਕਾਈਂਡ ਆਫ ਯੂ ਇਹ ਤੁਹਾਡਾ ਵੱਡਾਪਣ ਹੈ ਤੁਹਾਡਾ ਦਿਆਲੂਪਣ ਹੈ ਤੁਹਾਡਾ ਪ੍ਰੇਮ ਹੈ ਟੂ ਰਿਮੈਂਬਰ ਮੀ ਕਿ ਰਿਮੈਂਬਰ ਮੈਨੂੰ ਯਾਦ ਕਰਨਾ ਤੁਸੀਂ ਮੈਨੂੰ ਯਾਦ ਕਰਦੇ ਹੋ ਕੀਤਾ ਔਨ ਮਾਈ ਬਰਥਡੇ ਮੇਰੇ ਬਰਥਡੇ ਤੇ ਇਹ ਤੁਹਾਡਾ ਦਿਆਲੂਪਣ ਹੈ ਤੁਹਾਡਾ ਵੱਡਾਪਣ ਹੈ ਕਿ ਤੁਸੀਂ ਮੈਨੂੰ ਮੇਰੇ ਬਰਥਡੇ ਉੱਤੇ ਯਾਦ ਕੀਤਾ ਯਾਦ ਕਰਦੇ ਹੋ ਯੂ ਹੈਵ ਸੈਂਟ ਮੀ ਆ ਬਿਊਟੀਫੁਲ ਰਿਸਟ ਵਾਚ ਐਜ਼ ਅ ਗਿਫਟ ਤੁਸੀਂ ਮੈਨੂੰ ਇੱਕ ਸੁੰਦਰ ਬਿਊਟੀਫੁਲ ਸੁੰਦਰ ਰਿਸਟ ਵਾਚ ਰਿਸਟ ਹੁੰਦੀ ਹੈ ਕਲਾਈ ਗੁੱਟ ਵਾਚ ਘੜੀ ਤੁਹਾਨੂੰ ਤੁਸੀਂ ਮੈਨੂੰ ਇੱਕ ਗੁੱਟ ਘੜੀ ਤੋਹਫੇ ਦੇ ਤੌਰ ਤੇ ਗਿਫਟ ਦੇ ਤੌਰ ਤੇ ਭੇਜੀ ਹੈ ਇਟ ਸ਼ੋਜ਼ ਯੂਅਰ ਲਵ ਫੋਰ ਮੀ ਇਹ ਤੁਹਾਡਾ ਮੇਰੇ ਲਈ ਪ੍ਰੇਮ ਦਿਖਾਉਂਦੀ ਹੈ ਕੌਣ ਦਿਖਾਉਂਦੀ ਹੈ ਘੜੀ ਇਟ ਸ਼ੋਜ਼ ਯੂਅਰ ਲਵ ਫੋਰ ਮੀ ਔਰ ਇਸ ਤੋਂ ਬਾਅਦ ਅਸੀਂ ਇੱਥੇ ਪੈਰਾ ਲੈਟਰ ਦਾ ਚੇਂਜ ਕਰਾਂਗੇ ਸਾਡਾ ਦੂਸਰਾ ਪੇਜ ਸ਼ੁਰੂ ਹੋ ਗਿਆ ਲੇਕਿਨ ਤੁਸੀਂ ਆਪਣੇ ਨੋਟਬੁੱਕ ਦੇ ਪੇਜ ਤੇ ਇੱਥੋਂ ਹੀ ਜਿਹੜਾ ਨੈਕਸਟ ਪੈਰਾਗ੍ਰਾਫ ਹੈ ਲਿਖਣਾ ਸ਼ੁਰੂ ਕਰੋਗੇ ਦਾ ਅਸੀਂ ਇਹਦੇ ਚ ਬੋਰਡ ਦੇ ਉੱਤੇ ਇਹਦਾ ਦੂਸਰਾ ਪੇਜ ਬਣਾਇਆ ਦਾ ਵਾਚ ਵਿਲ ਹੈਲਪ ਮੀ ਅ ਲੋਟ ਕੜੀ ਮੇਰੀ ਬਹੁਤ ਜ਼ਿਆਦਾ ਮਦਦ ਕਰੇਗੀ ਇਟ ਵਿਲ ਮੇਕ ਮਾਈ ਲਾਈਫ ਰੈਗੂਲਰ ਇਹ ਮੇਰੀ ਲਾਈਫ ਨੂੰ ਰੈਗੂਲਰ ਬਣਾ ਦੇਵੇਗੀ ਠੀਕ ਹੈ ਜੀ ਆਈ ਥੈਂਕ ਯੂ ਫੋਰ ਦਿਸ ਲਵਲੀ ਗਿਫਟ ਮੈਂ ਤੁਹਾਡਾ ਇਸ ਸੁੰਦਰ ਤੋਹਫੇ ਲਈ ਬਹੁਤ ਧੰਨਵਾਦ ਕਰਦਾ ਹਾਂ ਆਈ ਸ਼ੈਲ ਕੀਪ ਦਿਸ ਵਾਚ ਵਿਦ ਗ੍ਰੇਟ ਕੇਅਰ ਮੈਂ ਇਸ ਵਾਚ ਨੂੰ ਬੜੇ ਧਿਆਨ ਨਾਲ ਰੱਖਾਂਗਾ ਗ੍ਰੇਟ ਕੇਅਰ ਨਾਲ ਰੱਖਾਂਗਾ ਵਿਦ ਰਿਗਾਰਡਸ ਰਿਗਾਰਡ ਸਤਿਕਾਰ ਬੜੇ ਸਤਿਕਾਰ ਨਾਲ ਯੂਅਰਸ ਲਵਿੰਗਲੀ ਤੁਹਾਡਾ ਲਵਿੰਗਲੀ ਕੌਣ ਅਮਨ ਤੁਹਾਨੂੰ ਦੱਸਿਆ ਸੀ ਕਿ ਸਪੋਜ਼ ਯੂ ਆਰ ਅਮਨ ਤੁਸੀਂ ਇੱਥੇ ਅਮਨ ਹੋ ਤਾਂ ਤੁਸੀਂ ਅਮਨ ਲਿਖੋਗੇ ਤਾਂ ਇੱਕ ਵਾਰ ਅਸੀਂ ਫਿਰ ਦੇਖਦੇ ਹਾਂ ਸਪੋਜ਼ ਯੂ ਆਰ ਅਮਨ ਯੂ ਲਿਵ ਐਟ 232 ਫੇਜ 9 ਮੋਹਾਲੀ ਯੂਅਰ ਅੰਕਲ ਹੈਜ਼ ਸੈਂਟ ਯੂ ਅ ਰਿਸਟ ਵਾਚ ਔਨ ਯੂਅਰ ਬਰਥਡੇ ਰਾਈਟ ਅ ਲੈਟਰ ਆਫ ਯੂਅਰ ਥੈਂਕਸ ਟੂ ਯੂਅਰ ਅੰਕਲ ਸਭ ਤੋਂ ਪਹਿਲਾਂ ਐਡਰੈਸ 232 ਫੇਜ 9 ਸਿਟੀ ਮੋਹਾਲੀ ਡੇਟ ਜੂਨ 13
2020, my dear uncle, it is very kind of you to remember me on my birthday. You have sent me a beautiful wrist watch as a gift. It shows your love for me. The watch will help me a lot. It will make my life regular. I thank you for this lovely gift. I shall keep this watch with great care. With regards, your lovingly, Aman. Thank you.